ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆ ਗਏ ਆ ਜੀ ਮੋਸਟ ਇੰਪੋਰਟੈਂਟ ਕੁਐਸਚਨਸ ਐਮਸੀਕਿਊ ਸਾਰੇ ਹੀ ਸਰਕਾਰੀ ਪੇਪਰਾਂ ਦੇ ਲਈ ਮੋਸਟ ਇੰਪੋਰਟੈਂਟ ਕੁਐਸਚਨ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਇਹ ਆ ਜਿਹੜੇ ਸਟੂਡੈਂਟ ਤੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਕੁਐਸਚਨਸ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੁੰਦਾ ਰਹੇ ਹਾਂਜੀ ਆਪਾਂ ਲੈਨੇ ਆ ਪਹਿਲਾ ਕੁਐਸਚਨ ਨੰਬਰ 1 ਤੇ ਜੋ ਕੁਐਸਚਨ ਆ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਆ ਜੀ WHO ਦੀ ਸਥਾਪਨਾ ਕਦੋਂ ਕੀਤੀ ਗਈ ਸੀ অপਸ਼ਨ ਤੁਹਾਡੇ ਕੋਲ ਨੇ ਨੰਬਰ 1 7 April 1938 ਨੰਬਰ 2 7 April 1948 ਨੰਬਰ 3 7 April 1958 ਨੰਬਰ 4 7 April 1978 ਸੋ ਜਿਹੜੀ WHO ਯਾਨੀ ਕਿ World Health Organization ਸੀ ਇਸ ਦੀ ਸਥਾਪਨਾ ਕੀਤੀ ਗਈ ਸੀ ਜੀ অপশন নাম্বার 2 ਤੁਹਾਡਾ ਸਹੀ ਜਵਾਬ ਆ 7 April 1948 ਇਹਦੇ ਵਿੱਚੋਂ ਕਈ ਕੁਐਸਚਨ ਬਣਦੇ ਆ ਕਈ ਵਾਰ ਤੁਹਾਨੂੰ ਐਗਜ਼ਾਮ ਦੇ ਵਿੱਚ ਪ੍ਰੋਪਰ ਡੇਟ ਦੀ ਥਾਂ ਤੇ ਕੱਲਾ 1948 ਵੀ ਆ ਸਕਦਾ ਵਾ ਠੀਕ ਹੈ ਜੀ 2 ਨੰਬਰ ਤੇ ਜੇ ਕੁਐਸਚਨ ਆਉਂਦਾ ਵਾ ਕਿ ਵਰਲਡ ਹੈਲਥ ਡੇ ਕਦੋਂ ਮਨਾਇਆ ਜਾਂਦਾ ਤਾਂ ਉਹ ਮਨਾਇਆ ਜਾਂਦਾ ਜੀ 7 April ਨੂੰ ਠੀਕ ਹੈ ਇਹ ਦੋ ਪੁਆਇੰਟ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲੈਣੇ ਹੋਣਗੇ WHO ਨਾਲ ਰਿਲੇਟਡ ਹਾਂਜੀ ਨੈਕਸਟ ਦੋ ਨੰਬਰ ਕੁਐਸਚਨ ਆਪਾਂ ਦੇਖਦੇ ਆਂ ਹਾਂਜੀ WHO ਦੇ ਪਹਿਲੇ ਡਾਇਰੈਕਟਰ ਜਨਰਲ ਕੌਣ ਸਨ ਸੋ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 ਤੇ ਬਰੋਕ ਕਿਸ਼ੋਲਮ ਨੰਬਰ 2 ਜੇਮਸ ਪੀਪਲਸ ਨੰਬਰ 3 도ਵੇ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਨੰਬਰ 1 ਆਪਸ਼ਨ ਆ ਬਰੋਕ ਕਿਸ਼ੋਲਮ ਇਹ ਸੀਗੇ ਜੀ WHO ਦੇ ਪਹਿਲੇ ਡਾਇਰੈਕਟਰ ਜਨਰਲ ਤੇ ਇਹ ਕਿੱਥੋਂ ਬਿਲੋਂਗ ਕਰਦੇ ਸੀਗੇ ਇਹ ਕੈਨੇਡਾ ਤੋਂ ਬਿਲੋਂਗ ਕਰਦੇ ਸੀਗੇ ਠੀਕ ਆ ਕਈ ਵਾਰੀ ਇਹ ਵੀ ਪੁੱਛਿਆ ਜਾਂਦਾ ਵਾ ਸੋ ਇਹ ਵੀ ਤੁਸੀਂ ਨੋਟ ਕਰ ਲੈਣਾ ਹੋਣਾ ਜਿਹੜੇ ਬਰੋਕ ਕਿਸ਼ੋਲਮ ਸੀਗੇ ਇਹ ਕੈਨੇਡਾ ਨੂੰ ਬਿਲੋਂਗ ਕਰਦੇ ਸੀਗੇ ਤੇ WHO ਦੇ ਪਹਿਲੇ ਡਾਇਰੈਕਟਰ ਜਨਰਲ ਸੀ ਹਾਂਜੀ ਨੰਬਰ 3 ਤੇ ਕੁਐਸਚਨ ਹੈ ਜੀ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ ਜਿਹੜੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਕੌਣ ਨੇ ਇਹਨਾਂ ਦੇ ਵਿੱਚੋਂ ਨੰਬਰ 1 ਆਪਸ਼ਨ ਆ Imran Khan ਨੰਬਰ 2 نواز شریف ਨੰਬਰ 3 ਰਜ਼ਾ ਘਿਲਾਨੀ ਨੰਬਰ 4 ਸ਼ਹਿਵਾਜ਼ شریف ਸੋ ਤੁਹਾਡਾ ਰਾਈਟ ਆਨਸਰ ਕਿਹੜਾ ਹੋਊਗਾ ਜੀ ਆਪਸ਼ਨ ਨੰਬਰ 4 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਹੋਊਗਾ ਪਾਕਿਸਤਾਨ ਦੇ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਹ ਸ਼ਹਿਵਾਜ਼ شریف ਨੇ ਠੀਕ ਹੈ ਜੀ ਸੋ ਇਸ ਤੋਂ ਪਹਿਲਾਂ ਕੌਣ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹ ਸੀ Imran Khan हां जी नेक्स्ट ਆਪਾਂ ਦੇਖ ਲੈਨੇ ਆ 4 ਨੰਬਰ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ ਜੀ ਠੀਕ ਹੈ ਪੰਜਾਬ ਦੇ ਨਵੇਂ ਨਿਯੁਕਤ ਗਵਰਨਰ ਕੌਣ ਹਨ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਬਨਵਾਰੀ ਲਾਲ ਪ੍ਰੋਹਿਤ ਨੰਬਰ 2 ਸੰਜੇ ਕੁਮਾਰ ਨੰਬਰ 3 ਬਲਰਾਮਦਾਸ ਟੰਡਨ ਨੰਬਰ 4 ਬੀਪੀ ਸਿੰਘ ਬਦਨੌਰ ਸੋ ਇਹਨਾਂ ਦੇ ਵਿੱਚੋਂ ਜਿਹੜੇ ਨਵੇਂ ਗਵਰਨਰ ਯਾਨੀ ਕਿ ਪੰਜਾਬ ਦੇ ਜਿਹੜੇ ਨਵੇਂ ਰਾਜਪਾਲ ਨੇ ਉਹ ਹੈਗੇ ਆ ਜੀ অপਸ਼ਨ ਨੰਬਰ 1 ਬਨਵਾਰੀ ਲਾਲ ਪ੍ਰੋਹਿਤ ਤੇ ਇਹਨਾਂ ਤੋਂ ਪਹਿਲਾਂ ਕੌਣ ਸੀਗੇ ਵੀ ਪੀ ਸਿੰਘ ਬਦਨੌਰ ਵਾਦੇ ਆਪਾਂ ਨੈਕਸਟ 5 ਨੰਬਰ ਕੁਐਸਚਨ ਵੱਲ ਹਾਂਜੀ ਜਿਹੜਾ ਤੇਲंगाना ਰਾਜ ਆ ਇਹ ਕਿਹੜੇ ਰਾਜ ਵਿੱਚੋਂ ਬਣਾਇਆ ਗਿਆ ਵਾ ਤੇਲंगाना ਰਾਜ ਕਿਸ ਰਾਜ ਵਿੱਚੋਂ ਬਣਾਇਆ ਗਿਆ ਕਿਹੜੇ ਰਾਜ ਨੂੰ ਕੱਟ ਕੇ ਬਣਾਇਆ ਗਿਆ ਵਾ ਤਾਂ অপਸ਼ਨ ਤੁਹਾਡੇ ਕੋਲ ਆ ਨੰਬਰ 1 ਆਂਧਰਾ ਪ੍ਰਦੇਸ਼ ਨੰਬਰ 2 ਉੱਤਰ ਪ੍ਰਦੇਸ਼ ਨੰਬਰ 3 ਬਿਹਾਰ ਨੰਬਰ 4 ਮੱਧ ਪ੍ਰਦੇਸ਼ ਸੋਤਲਾਗਾਣਾ ਰਾਜ ਆ ਜਿਹੜਾ ਇਹ ਆਂਧਰਾ ਪ੍ਰਦੇਸ਼ ਦੇ ਵਿੱਚੋਂ ਕੱਟ ਕੇ ਬਣਾਇਆ ਗਿਆ ਵਾ ਠੀਕ ਹੈ ਜੀ ਯਾਦ ਰੱਖਣਾ ਹੋਊਗਾ ਤੁਸੀਂ ਹਾਂਜੀ 6 ਨੰਬਰ ਕੁਐਸਚਨ ਹੈ ਜੀ 1 April 2022 ਨੂੰ ਭਾਰਤੀ ਰਿਜ਼ਰਵ ਬੈਂਕ ਨੇ ਕਿੰਨੇ ਸਾਲ ਪੂਰੇ ਕੀਤੇ ਹਨ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 50 ਨੰਬਰ 2 60 ਨੰਬਰ 3 70 ਜਾਂ ਨੰਬਰ 4 87 ਸੋ so, 1 April 2022 ਨੂੰ ਜਿਹੜੀ ਭਾਰਤੀ ਰਿਜ਼ਰਵ ਬੈਂਕ ਆ ਉਹਨੇ 87 ਸਾਲ ਪੂਰੇ ਕਰ ਲਏ অপਸ਼ਨ ਨੰਬਰ 4 ਆ ਜਿਹੜਾ ਤੁਹਾਡਾ ਇਹ ਸਹੀ ਜਵਾਬ ਹੋਵੇਗਾ ਸੋ ਇਹ ਜੀਕੇ ਵਾਲੀ ਸੀਰੀਜ਼ ਆਪਾਂ ਇਸ ਕਰਕੇ ਸਟਾਰਟ ਕੀਤੀ ਹੈ ਕਿਉਂਕਿ ਜੀਕੇ ਦੇ ਵਿੱਚੋਂ ਹਰ ਇੱਕ ਪੇਪਰ ਦੇ ਵਿੱਚ ਚਾਹੇ ਉਹ ਕੋਈ ਵੀ ਪੇਪਰ ਹੋਵੇ ਉਹਦੇ ਵਿੱਚ 2-4 ਕੁਐਸਚਨ ਪੱਕੇ ਆਉਂਦੇ ਹੁੰਦੇ ਆ ਸੋ ਆਪਾਂ ਇੰਪੋਰਟੈਂਟ ਜੀਕੇ ਕਰੰਟ ਅਫੇਅਰਸ ਇਹਨਾਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਕੁਐਸਚਨ ਹੋਇਆ ਕਰਨਗੇ ਉਹ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ ਸੋ ਤੁਸੀਂ ਨਾਲ ਦੀ ਨਾਲ ਇਹਨਾਂ ਦੀ ਤਿਆਰੀ ਜ਼ਰੂਰ ਕਰਿਆ ਕਰਨੀ ਹੈ ਠੀਕ ਹੈ ਜੀ ਤੇ ਜਿਹੜੇ ਬੱਚਿਆਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਵੋ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰੋ ਇੰਪੋਰਟੈਂਟ ਕੁਐਸਚਨਸ ਵਾਲੀ ਹਾਂਜੀ ਸੱਤ ਨੰਬਰ ਕੁਐਸਚਨ ਹੈ ਜੀ ਆਪਰੇਸ਼ਨ ਫਲੱਡ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਨੰਬਰ 1 ਮਹਾਤਮਾ ਗਾਂਧੀ ਨੰਬਰ 2 ਜਸਵੰਤ ਸਿੰਘ ਨੰਬਰ 3 ਡਾਕਟਰ ਵਰਗੇਸ਼ ਕੁਰਿਆਨ ਨੰਬਰ 4 ਅਟਲ ਬਿਹਾਰੀ ਬਾਜਪਾਈ ਸੋ ਇਹਨਾਂ ਦੇ ਵਿੱਚੋਂ ਜਿਹੜਾ ਆਪਰੇਸ਼ਨ ਫਲੱਡ ਦਾ ਉਸ ਦਾ ਪਿਤਾਮਾ ਕਿਹਾ ਜਾਂਦਾ ਜੀ ਆਪਸ਼ਨ ਨੰਬਰ 3 ਡਾਕਟਰ ਵਰਗੇਸ਼ ਕੁਰਿਆਨ ਠੀਕ ਹੈ ਜੀ ਸੋ ਨੈਕਸਟ 8 ਨੰਬਰ ਕੁਐਸਚਨ ਹੈ ਆਪਾਂ ਦੇਖ ਲੈਣੇ ਆ ਮੋਸਟ ਇੰਪੋਰਟੈਂਟ ਵਧੀਆ ਕੁਐਸਚਨ ਹੈ ਸਭ ਤੋਂ ਲੰਮਾ ਸਮਾਂ ਅਤੇ ਸਭ ਤੋਂ ਵੱਧ ਵਾਰ ਸਪੇਸ ਵਾਕ ਕਰਨ ਦਾ ਰਿਕਾਰਡ ਕਿਸ ਦੇ ਨਾਮ ਹੈ ਹਾਂਜੀ ਸਪੇਸ ਵਾਕ ਕਰਨ ਦਾ ਰਿਕਾਰਡ ਕਿਸ ਦੇ ਨਾਮ ਹੈ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਵਾਰ ਅਤੇ ਸਭ ਤੋਂ ਲੰਮਾ ਸਮਾਂ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਕਲਪਨਾ ਚਾਵਲਾ ਨੰਬਰ 2 ਸੁਨੀਤਾ ਵਿਲੀਅਮਸ ਨੰਬਰ 3 ਪੀਟਰ ਸਿਕਸ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਤੁਹਾਡਾ ਉਹ ਹੈਗਾ ਜੀ অপਸ਼ਨ ਨੰਬਰ 2 ਸੁਨੀਤਾ ਵਿਲੀਅਮਜ਼ ਦੇ ਨਾਮ ਇਹ ਰਿਕਾਰਡ ਦਰਜਾ ਸਭ ਤੋਂ ਲੰਮਾ ਸਮਾਂ ਅਤੇ ਸਭ ਤੋਂ ਵੱਧ ਵਾਰ ਸਪੇਸ ਵਾਕ ਕਰਨ ਦਾ ਹਾਂਜੀ ਨੈਕਸਟ ਨੌ ਨੰਬਰ ਕੁਐਸਚਨ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਠੀਕ ਆ ਇਹਨੂੰ ਤੁਸੀਂ ਧਿਆਨ ਨਾਲ ਰੀਡ ਕਰਨਾ ਹੋਊਗਾ ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਕੌਣ ਆ ਕੌਣ ਆ ਜੀ ਨੰਬਰ 1 ਤੇ ਡਾਕਟਰ ਵਿਜੇਂਦਰ ਸਿੰਘਲਾ ਨੰਬਰ 2 ਤੇ ਚੇਤਨ ਸਿੰਘ ਨੰਬਰ 3 ਤੇ ਭਗਵੰਤ ਮਾਨ ਨੰਬਰ 4 ਤੇ ਗੁਰਮੀਤ ਸਿੰਘ ਮੀਤ ਹੇਅਰ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਤੁਹਾਡਾ ਉਹ ਹੈਗਾ ਜੀ ਪੰਜਾਬ ਦੇ ਨਵੇਂ ਜਿਹੜੇ ਸਿਹਤ ਮੰਤਰੀ ਨੇ ਉਹ ਨੇ ਨੰਬਰ 2 ਚੇਤਨ ਸਿੰਘ ਤੇ ਇਹਨਾਂ ਤੋਂ ਪਹਿਲਾਂ ਕਿਹੜੇ ਸੀ ਸਿਹਤ ਮੰਤਰੀ ਉਹ ਸੀਗੇ ਡਾਕਟਰ ਵਿਜੇਂਦਰ ਸਿੰਘ ਲਾ ਜਿਹੜੇ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਫਸ ਗਏ ਸੀ ਤੇ ਇਸ ਕਰਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਭਗਵਾਨ ਤਮਾਨ ਨੇ ਜਿਹੜੇ ਉਹ ਪੰਜਾਬ ਦੇ ਸੀਐਮ ਨੇ ਯਾਨੀ ਕਿ ਚੀਫ ਮਨਿਸਟਰ ਮੁੱਖ ਮੰਤਰੀ ਨੇ ਤੇ ਜਿਹੜੇ ਨੰਬਰ 4 ਗੁਰਮੀਤ ਸਿੰਘ ਮੀਤਿਆਰਾ ਇਹ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਨੇ ਯਾਨੀ ਕਿ ਜਿਹੜਾ ਸਿੱਖਿਆ ਮੰਤਰਾਲਾ ਸਿੱਖਿਆ ਮੰਤਰੀ ਨੇ ਇਹ ਠੀਕ ਹੈ ਜੀ ਇਹ ਸਾਰੇ ਪੁਆਇੰਟ ਤੁਸੀਂ ਨਾਲ ਦੀ ਨਾਲ ਨੋਟ ਕਰ ਲੈਣੇ ਹੋਣਗੇ ਹਾਂਜੀ 10 ਨੰਬਰ ਕੁਐਸਚਨ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਆ हां जी विश्व कैंसर ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 ਤੇ 10 ਜਨਵਰੀ ਨੰਬਰ 2 ਤੇ 4 ਫਰਵਰੀ ਨੰਬਰ 3 ਤੇ 7 ਅਪ੍ਰੈਲ ਨੰਬਰ 4 ਤੇ 6 ਜੂਨ ਸੋ ਜਿਹੜਾ ਵਿਸ਼ਵ ਕੈਂਸਰ ਦਿਵਸ ਹੈ ਇਹ ਕਦੋਂ ਮਨਾਇਆ ਜਾਂਦਾ ਹੈ ਮਨਾਇਆ ਜਾਂਦਾ ਜੀ ਆਪਸ਼ਨ ਨੰਬਰ 2 ਆ ਜਿਹੜਾ ਤੁਹਾਡਾ ਇਹ ਸਹੀ ਜਵਾਬ ਆ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਇਸ ਤੋਂ ਬਿਨਾ 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਯਾਨੀ ਕਿ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਵਾ ਠੀਕ ਹੈ ਜੀ ਤੇ 6 ਜੂਨ ਨੂੰ ਜਿਹੜਾ ਆਪਣਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ ਉਹ ਦੁਖਦਾਈ ਘਟਨਾ ਸੀਗੀ ਉਸ ਦਾ ਖੱਲੂਕਾਰਾ ਹੋਇਆ ਸੀਗਾ ਠੀਕ ਹੈ ਜੀ ਸੋ ਇਹ ਪੁਆਇੰਟ ਤੁਸੀਂ ਯਾਦ ਰੱਖਣੇ ਹੋਣਗੇ ਸੋ ਇਸ ਦੇ ਨਾਲ ਇਹ ਸੀਗੀ ਅੱਜ ਦੀ ਟੌਪ 10 ਜੀਕੇ ਦੀ ਐਮਸੀਕਿਊ ਵਾਲੀ ਵੀਡੀਓ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਆਪਾਂ ਅੱਗੇ ਵੀ ਇਦਾਂ ਦੀਆਂ ਵੱਧ ਕੁਐਸਚਨਸ ਵਾਲੀਆਂ 20 20 30 30 50 50 ਕੁਐਸਚਨਸ ਵਾਲੀਆਂ ਵੀਡੀਓਜ਼ ਜੀਕੇ ਨਾਲ ਰਿਲੇਟਡ ਲੈ ਕੇ ਆਉਂਦੇ ਰਹਾਂਗੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ